ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਸੰਧੂ ਡੈਰੀ ਫਾਰਮ ਤੇ, ਪਿੰਡ ਰਾਮਗੜ੍ਹ, ਸੰਧੂਆਂ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਰਾਜਨਾ ਸੱਜਣ ਨੂੰ ਸੰਗਰੂਰ ਆਪਾਂ ਪਹੁੰਚੇ ਹਾਂ ਹੈਪੀ ਸੰਧੂ ਕੋਲੇ। ਉੱਗਾ ਯੂਟਿਊਬਰ ਵੀ ਆ ਤੇ ਨਾਲ ਨਾਲ ਵਪਾਰ ਦਾ ਕੰਮ ਆ, ਜਿਹੜਾ ਵਪਾਰ ਦਾ ਕੰਮ ਵੀ ਸੱਜਣ ਨੇ ਅੱਜ ਕੱਲ੍ਹ ਚੰਗੇ ਲੈਵਲ ਤੇ ਕਰਿਆ ਹੋਇਆ ਤੇ ਆਜੋ ਬਾਈ ਨਾਲ ਕਰਾ ਦੇਣੇ ਗੱਲਬਾਤ। ਜਾਣਦੇ ਤਕਰੀਬਨ ਸਾਰੇ ਸੱਜਣੀ ਨੇ ਮਿਲਿਆਉਣਾ, ਤੁਹਾਨੂੰ ਪਤਾ ਪੈਣਾ ਹੁਣ ਕਿਉਂਕਿ ਡਿਟੇਲ ਕੱਲੀ ਕੱਲੀ ਮੈਂ ਨਹੀਂ ਪੁੱਛਣੀ ਬਾਈ ਨੂੰ। ਆ ਜਾ ਸੰਧੂਆ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਠਾਕ ਹੋ? ਹਾਂ ਵਧੀਆ ਬਾਈ, ਕਿਰਪਾ। ਪਿਛਲੇ ਬੰਨੇ ਸਾਡੇ ਵਾਲਾ ਯਾਰ ਕਹਿੰਦੇ ਕੁਲਵੰਤ ਵੀ ਖੜਾ, ਉੱਧਰ ਵੀ ਮਾਰ ਦੇ ਕੈਮਰਾ ਓਏ। ਕੁਲਵੰਤ ਵੀ ਖੜਾ, ਮਿੱਤਰ ਆਪਣਾ ਸਿੰਘ ਬਣਾਉਂਦਾ ਰਹਿੰਦਾ ਲਹਿਰੇ ਗਾਗੇ ਵਾਲਾ। ਇਹਦਾ ਵੀ ਮੁੱਖ ਯੋਗਦਾਨ ਹੈ ਮੰਝਾਂ ਸਜਾਉਣ ਚ। ਠੀਕ ਹੈ ਗੱਲ। ਬਿਊਟੀ ਪਾਰਲਰ ਦਾ ਕੰਮ ਕਰਦਾ, ਇਹ ਬਿਊਟੀ ਪਾਰਲਰ ਦਾ ਕੰਮ ਕਰਦਾ ਕੁਲਵੰਤ ਹੈ ਨਾ। ਕੁਲਵੰਤ ਨਾਲ ਵੀ ਕਰਾਵਾਂਗੇ ਚੱਲਦੀ ਵੀਡੀਓ ਚ ਗੱਲਬਾਤ, ਕੁਲਵੰਤ ਦਾ ਨੰਬਰ ਵੀ ਦੇਵਾਂਗੇ ਆਪਣੇ ਏਰੀਆ ਵਾਲੇ ਸੱਜਣਾਂ ਨੂੰ ਜਿਹੜਾ। ਬਹੁਤ, ਜੇ ਮੈਂ ਕਹਾਂ ਜਿਵੇਂ ਕੁਲਵੰਤ ਹੋ ਗਿਆ, ਕੋਈ ਗੱਡੀ ਵਾਲਾ ਹੋ ਗਿਆ, ਕੋਈ ਦਲਾਲ ਹੋ ਗਿਆ, ਕੋਈ ਵੀਡੀਓ ਬਣਾਉਣ ਵਾਲੇ ਹੋ ਗਏ ਆਪਾਂ, ਹਨਾ, ਬਹੁਤ ਘਰਾਂ ਦੇ ਰੁਜ਼ਗਾਰ ਹੀ ਕਰਦਾ ਸਰਕਾਰ। ਅੱਜ ਗੱਲ ਕਰ ਲਾਂ ਯਾਰ, ਜਿਵੇਂ ਸਾਡੇ ਭਾਜੀਆਂ ਦਾ ਯਾਰ ਇਹ ਲਾ ਲਓ, ਦੇਵੀਆਂ ਲਾ ਲਓ, ਰੱਬ ਲਾ ਲਓ, ਹਨਾ, ਸਾਡਾ ਭਾਈ ਇਹ ਰੱਬ ਨੇ, ਕਿਉਂਕਿ ਇਹਦੇ ਤੋਂ ਸਿਸਟਮ ਚੱਲ ਕੇ ਕਈ ਬੰਦਿਆਂ ਦਾ ਸਿਸਟਮ ਚੱਲਦਾ, ਸਿੰਘ ਬਣਾਉਣ ਵਾਲੇ ਲਾ ਲਾ, ਦਲਾਲਾਂ ਦਾ ਲਾ ਲਾ, ਹਨਾ, ਵੀ ਕਈ ਪਰਿਵਾਰਾਂ ਦਾ ਸਿਸਟਮ ਚੱਲਦਾ। ਇੱਥੇ ਤੂੰ ਕਰ ਲਈਏ ਸ਼ੁਰੂ ਫਿਰ, ਇਹਨਾਂ ਨੇ ਰੁਜ਼ਗਾਰ ਦਿੱਤਾ ਆਪਾਂ ਨੂੰ, ਹਨਾ, ਮੇਨ ਇੱਥੋਂ ਕਰ ਲਈਏ ਸਟਾਰਟ। ਹਾਂ ਹਾਂ, ਮੰਝਾਂ ਆਪਾਂ ਚਾਰ ਦਿਖਾਵਾਂਗੇ। ਸੂਆ ਸੂਆ ਚਾਰਾਂ ਦਾ ਦੂਸਰਾ, ਦੂਜਾ 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 ਸੂਆ ਨੇ ਚਾਰੋ। ਕੋਸ਼ਿਸ਼ ਰਹਿੰਦੀ ਆ ਆਪਣੀ ਵੀ ਚੰਗੇ ਜਾਨਵਰ ਖਰੀਦ ਕੇ, ਹਨਾ, ਵੀ ਚੰਗੀ ਆ। ਖਰੀਦ ਕਿੱਧਰ ਦੀ ਆ ਇਹਨਾਂ ਦੀ? ਸਾਰੀਆਂ ਦੀ ਖਰੀਦ ਸਾਰੀ ਉਧਰ ਦੀ ਆ, ਸਾਰੀ ਹਰਿਆਣੇ ਦੀ। ਸਾਰੀ ਹਰਿਆਣੇ ਦੀ ਆ ਖਰੀਦ। ਠੀਕ ਆ। ਤੇ ਮੇਨ ਗੱਲ ਹੋਰ ਵੀ ਹੁੰਦੀ ਆ ਬਈ, ਜਿਵੇਂ ਆਪਣੇ ਤੇ ਲੋਕਾਂ ਨੇ ਵਿਸ਼ਵਾਸ ਕਰਿਆ ਸ਼ੁਰੂ ਤੀ, ਹਨਾ, ਜੇ ਆਪਣਾ ਕੰਮ ਮੈਂ ਕਹਿ ਲਾ ਵੀ ਮੇਨ ਕੰਮ ਆਪਣਾ ਵਿਸ਼ਵਾਸ ਵੀ ਆ। ਵਪਾਰ ਦਾ ਘੱਟ ਕਹਿ ਸਕਦੇ ਆ, ਵਿਸ਼ਵਾਸ ਦਾ ਆਪਾਂ ਜ਼ਿਆਦਾ ਕਹਿ ਸਕਦੇ ਹਾਂ, ਹਨਾ, ਕਿਉਂਕਿ ਆਪਣੇ ਉਹ ਬੰਦੇ ਨੇ ਜਿਹੜੇ ਆਪਣੇ ਦੇ ਅੱਖਾਂ ਮੀਚ ਕੇ ਯਕੀਨ ਕਰਦੇ ਆ, ਹਨਾ, ਭਰੋਸਾ ਕਰਦੇ ਨੇ, ਭਰੋਸਾ ਕਰਦੇ ਆ ਪਰਮਾਤਮਾ ਨੂੰ। ਅੱਗੇ ਵੀ ਇਹੀ ਦੁਆ ਕਰਦੇ ਵੀ ਇਹ ਭਰੋਸਾ ਕਾਇਮ ਰੱਖੀਏ ਆਪਾਂ, ਹਨਾ, ਪੈਸੇ ਘੱਟ ਵੱਧ ਚ ਇਹ ਕਮਾ ਲਈਏ, ਤੋੜ ਦੇ ਇਹਨੂੰ ਖੋਲ ਕੇ ਫਿਰ। ਹਾਂ, ਇਹਨੂੰ ਖੋਲ ਕੇ ਤੋੜ ਦਿੰਦੇ ਆ। ਸੂਆ ਹੈਗਾ ਦੂਜਾ, ਸੂਈ ਹੋਈ ਆ? ਸੂਈ ਹੋਈ ਆ ਬਈ, ਅੱਜ ਪੰਜਵਾਂ ਦਿਨ ਸੂਈ ਨੂੰ ਹੈ ਤੇ ਆਪਾਂ ਬੱਚਾ ਵੀ ਦਿਖਾ ਦਾਂਗੇ ਇਹਦਾ, ਵੀ ਕਿੰਨੇ ਕੁ ਦਿਨਾਂ ਤੁਸੀਂ ਆਪ ਕਹੋਗੇ, ਹਨਾ। ਲੈ ਪੰਜਾਂ ਦਿਨਾਂ ਦੀ ਸੱਜਣੋ ਸੂਈ ਹੋਇਆ, ਸੂਆ ਹੈਗਾ ਦੂਜਾ ਤੇ ਜਿੱਡੀ ਆਪ ਆ ਉੱਡੇ ਇਹਦਾ ਆਡਰਾ, ਆਡਰ ਵੀ ਉੱਡਾ ਹੀ ਆ। ਚਵਾਈ ਚਵੂਈ ਕਿਵੇਂ ਸੰਧੂ? ਚਵਾਈ ਤਾਂ ਜਦੋਂ ਆਪਾਂ ਮਾਰ ਕੇ ਦਿਖਾਵਾਂਗੇ ਧਾਰਾਂ ਤੈਨੂੰ। ਅੱਜ ਜਿਹੜੀਆਂ ਝੋਟੀਆਂ ਦੋਏ ਸੂਈਆਂ ਹੋਈਆਂ ਨੇ, ਇਦਾਂ ਦਾ ਚੋਣ ਛੇਤੀ ਛੇਤੀ ਕਿਸੇ ਨੂੰ ਲੱਗਦਾ ਨੀ, ਆਪਾਂ ਦਾਅਵਾ ਕਰ ਸਕਦੇ ਜਿੱਦਾਂ ਦਾ ਕਰਾਉਂਦੀਆਂ ਨੇ। ਬਹਿ ਜਾ ਕਰਾਉਂਦੀਆਂ ਨੇ। ਹਾਂ, ਰੋਕ ਲਾ ਮਾੜੀ ਜਿਹਾ, ਇੱਥੇ ਰੋਕ ਲਾ, ਇੱਥੇ ਰੋਕ ਲਾ ਮਾੜਾ ਜਿਹਾ, ਇੱਥੋਂ ਦਿਖਾ ਦੇ ਦਰਸ ਵੇ, ਲੇ ਵਾਲੂ ਵੀ ਦਿਖਾ ਦੇ। ਆਡਰ ਉਡਰ ਹੈਗਾ ਬਾ ਕਮਾਲ, ਪੂਰੇ ਵੱਡੇ ਆਡਰ ਚ ਆ ਗਈ। ਜੇ ਗੱਲਬਾਤ ਕਰ ਲਈਏ, ਇਹਨੂੰ ਗਾੜੀ ਪਿਛਾੜੀ ਦੀ ਸਾਨੂੰ ਦੇਖ ਲੈ ਗੁਰੀ ਕਿੱਦਾਂ ਦਾ ਲੱਗਿਆ ਹੋਇਆ ਦੇਖ। ਮੈਂ ਕਹਿੰਦਾ ਇੱਕੋ ਜਿਹੀ ਨਾ ਮਾਰਦੀ ਹੋਵੇ ਸਿਸਟਮ ਕੱਢ ਕੇ। ਹਾਂ ਹਾਂ, ਆ ਮੈਂ ਠੰਡੀ ਆ। ਸੂਆ ਹੈਗੀ ਆ ਦੂਜਾ ਤੇ ਖਰੀਦ, ਜਿਵੇਂ ਦੱਸਿਆ ਸੱਜਣ ਨੇ ਵੀ ਸਾਰੀ ਹਰਿਆਣੇ ਦੀ ਆ ਇਸ ਫਾਰਮ ਤੇ, ਜਿੰਨੇ ਵੀ ਜਾਨਵਰ ਤੁਹਾਨੂੰ ਮਿਲਣਗੇ। ਉਹ ਹੁਣ ਬੋਲੀ ਕਿੰਨੀ ਆ? ਪਸ਼ੂ ਆਪਣੇ ਏਰੀਆ ਦੇ ਵੀ ਨਹੀਂ ਮਾੜੇ, ਪਰ ਯਾਰ ਐ ਹੁੰਦਾ ਵੀ ਆਪਾਂ ਵੇਚਦਾ ਤੈਨੂੰ ਪਤਾ ਆਪਾਂ ਦੇਵਾਂਗੀ, ਹਨਾ, ਗੱਲ ਕਰ ਆਏ ਵੀ ਕਿਸੇ ਦੇ ਪਸ਼ੂ ਚੰਗਾ ਵਗ ਜੇ ਯਾਰ, ਠੀਕ ਹੈ, ਉਹੀ ਗੱਲ ਆ, ਹਨਾ। ਬਾਕੀ ਸਾਹ ਵਾਲੀਆਂ ਚੀਜ਼ਾਂ ਨੇ, ਭਰੋਸਾ ਦਾ ਕੀ ਹੁੰਦਾ, ਹਨਾ, ਪਰ ਇੱਛਾ ਇਹ ਹੁੰਦੀ ਆ। ਆਰਡਰ ਉੱਤੋਂ ਲਾ ਕੇ ਬਣਾਉਂਦੀ ਆ, ਹਨਾ, ਇੱਥੋਂ ਤੋਂ ਲਾ ਕੇ, ਦੁੱਧ ਤੋਂ ਲਾ ਕੇ ਧੁਰ ਤੱਕ ਬਣਾਉਂਦੀ ਆ ਅਗਲੇ ਬੰਨੇ। ਹੁਣ ਦੁੱਧ 13 ਕਿਲੋ ਆਪਾਂ ਇੱਥੋਂ ਘਰੋਂ ਵੀ ਚਖਾ ਦਾਂਗੇ, ਇੰਨਾ ਡੰਗ, ਦੋ ਡੰਗ, ਚਾਰ ਡੰਗ। ਹਾਂ, ਮੇਨ ਗੱਲ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਨਸਲਾਂ ਬਾਰੇ ਵੀ, ਜਿਹੜੀ ਮੈਂ ਕਿਵੇਂ ਬੱਚਾ ਕਿਹੜਾ? ਬੱਚਾ ਕੱਟਾ, ਆਹ ਮਾਰੀ ਬਾਈ ਦੇਖੀ, ਰੰਗ ਦੇਖ ਲੈ ਤੂੰ ਬੱਚੇ ਦਾ ਵੀ, ਰੰਗ ਵੀ ਗਹਿਰਾ ਕਾਲਾ, ਬੁੱਲਾ ਨਾਲੇ ਦੇ, ਹਾਂ ਨਾਲੇ ਦੇ ਬੁੱਲਾ।
ਚੰਗੇ ਦੁੱਧ ਵਾਲੀ ਮੈਂ ਦਾ ਤਾਂ ਯਾਰ ਜੇ ਕੱਟਾ ਕੱਟੀ ਤਕਰੀਬਨ ਸੱਜਣੋ ਇੱਕ ਬਰਾਬਰ ਹੀ ਆ ਜਾਂਦੇ ਨੇ ਜੇ ਕਿਸੇ ਸੱਜਣ ਨੇ ਰੱਖਣਾ ਹੁੰਦਾ ਕੱਟਾ। ਨਹੀਂ ਜਿਵੇਂ ਆਪਾਂ ਉਧਰੋਂ ਪਸ਼ੂ ਖਰੀਦਿਆ ਨਾ, ਮੈਨੂੰ ਉਧਰੋਂ ਪਸ਼ੂਆਂ ਦਾ ਇੱਕ ਵਧੀਆ ਲੱਗਿਆ ਕੰਮ ਵੀ ਉਹ ਬੋਲੀ ਯਾਰ 12 ਕਿਲੋ ਤੋਂ ਖਾਲੀ ਹੋ ਕੇ ਚੱਲਦੀਆਂ ਨੇ। ਪਹਿਲਾਂ ਵੀ ਮੇਰੇ ਮਨ ਚ ਇਹ ਡਾਊਟ ਹੁੰਦਾ ਸੀ ਵੀ ਜਿਵੇਂ ਕਹਿ ਨਹੀਂ ਦਿੰਦੇ ਆਪਣੇ ਵੀ ਯਾਰ ਇਹਦੇ ਥੱਲੇ ਬੋਲੀ 10 ਕਿਲੋ ਆ 12 ਕਿਲੋ ਆ, ਆਪਾਂ ਨੂੰ ਐਂ ਹੁੰਦਾ ਸੀ ਵੀ ਝੂਠ ਵਾਲਾ ਕੰਮ। ਆਪਣੇ 10-12 ਕਿਲੋ ਦੁੱਧ ਹੁੰਦਾ, ਆਪਣੇ 10-12 ਕਿਲੋ ਦੁੱਧ ਹੁੰਦਾ, ਇਹ ਨੋਰਮਲ 15 ਦਾ ਪਲੱਸ ਕਿੱਦਾਂ ਦੀ ਮਰਜ਼ੀ ਲੈ ਲੈ ਦੇ। ਇਹ ਕਿੰਨਾ ਕੁ ਪਾ ਦੂਗੀ ਦੁੱਧ? ਇਹ 15 ਤੋਂ ਪਲੱਸ ਪਾ ਦੂ ਬਈ, ਦੇ 16 ਦੇ 17 ਦੇ 15 ਕਿਲੋ ਦੀ ਆਪਾਂ ਅਗਲੇ ਦੀ ਘਰ ਦੀ ਗਰੰਟੀ ਦੇ ਦਾਂ। ਹੁਣ ਜਗਾੜ ਤਾਂ ਭੈੜਾ ਥੱਲੇ, ਜਗਾੜ 17-18 ਵੀ ਕਹੋਂਦਾ। ਹਾਂ ਹਾਂ ਜਗਾੜ 17-18 ਵੀ ਕਹੋਂਦਾ। ਫਿਰ ਉਹੀ ਗੱਲ ਹੈ, ਮੂੰਹ ਛੋਟਾ ਵੱਡੀ ਗੱਲ ਨਹੀਂ ਕਰਦੇ, ਕਿਉਂ ਦੇਣ ਦਾ ਇਹਨੂੰ ਹੱਕ ਬੰਦਾ ਜੇ ਲੈਣ ਵਾਲਾ ਹੋਵੇ 17-18 ਲੈ ਲੂਗਾ। ਕਿਲੋ 2 ਕਿਲੋ ਵੱਧ ਪਾ ਦੇ ਕਹਿਣ ਦਾ ਭਾਵ ਜਦੋਂ ਕਿਸੇ ਸੱਜਣ ਕੋਲ ਇਹ ਜਾਵੇ। ਹਾਂ ਪੈਸੇ ਕਿੰਨੇ ਲਵਾਂਗੇ ਜੀ? ਪੈਸੇ ਦਾ ਮੁੱਲ ਇੱਕ 40 ਕਰਾ ਲਾ, 35 ਕਰਾ ਲਾ, 1,30,000 ਦੀ ਦੇਣੀ ਆ। 1,30 ਦੀ ਦੇਣੀ ਆ? ਹਾਂ ਮੁੱਲ ਹੁਣ ਤੂੰ ਦੱਸ ਦੇ, ਤੂੰ ਵੀ ਸਾਰੀ ਫੀਲਡ 'ਚ ਘੁੰਮਦਾ। ਠੀਕ ਆ ਗੱਲ, ਵੀ ਇਹ ਮੁੱਲ ਓਟ ਦੀ ਆ, ਜੇ ਨਹੀਂ ਓਟ ਦੀ ਆਪਾਂ ਹੋਰ ਵੀ ਘੱਟ ਕਰਦੇ। ਹਾਂ ਜਗਾੜ ਬਾਲਾ ਪੈੜਾ ਥੱਲਿਓਂ ਜੇ ਗੱਲਬਾਤ ਕਰ ਲਈਏ, ਬਾਈ ਕਹਿੰਦਾ 1,30,000 ਦੀ ਆਪਾਂ ਇਹ ਦੇ ਦਾਂਗੇ ਜਿਹੜੇ ਸੱਜਣ ਨੇ ਲਿਜਾਣੀ ਆ। ਜੇ ਕੋਈ ਸੱਜਣ ਜੋੜਾ ਲਿਜਾਊਗਾ ਤਾਂ ਹੋਰ ਵੀ ਕਨਸੈਸ਼ਨ ਹੋਜੂਗੀ, ਹੋਰ ਵੀ ਕਰਦਾ। ਤੈਨੂੰ ਮੈਂ ਬੱਚਾ ਲਾ ਕੇ ਜ਼ਰੂਰ ਧਾਰਾ ਮਰਵਾ ਕੇ ਦਿਖਾਵਾਂਗੇ ਆਪਾਂ। ਤੁਸੀਂ ਹੁਣ ਮਾਰਦੇ ਇੱਥੇ 2 ਨੰਬਰ ਵਾਲੀ ਤੇ, ਇਹ ਵੀ ਦੂਜਾ ਸੂਆ ਬਾਈ, ਇਹ ਵੀ ਤੋਰਦੇ ਖੋਲ ਕੇ ਤਰਸ ਤਰਸ। ਇਹਦੀ ਸ਼ਕਲ ਬਾਡੀ ਦੱਸੋ, ਇਹ ਕਿਹੜੀ ਝੋਟੀ ਵਰਗੀ ਲੱਗਦੀ ਆ? ਹਰਿਆਣੇ 'ਚ ਦਿਖਾਈ ਸੀ ਤੈਨੂੰ ਇੱਕ ਮੈਂ, ਇਹ ਜਿਹੜੀ ਮੱਝ ਨੇ 37 ਕਿਲੋ ਦੁੱਧ ਚਵਾਇਆ ਮੇਰਾ ਖਿਆਲ ਆ ਉਹਦੇ ਕੋਲੇ ਆ, ਬਾਈ ਕੋਲੇ ਨਾਮ ਨਹੀਂ ਚੇਤੇ ਆ ਰਿਹਾ। ਅਸੀਂ ਗਏ ਵੀ ਸੀ ਘਰੇ, 37 ਕਿਲੋ ਵਾਲੀ ਮੈਂ ਆ ਜਾਂਦਾ ਜਿਹੜੀ ਉਹਦੀ ਝੋਟੀ, ਉਹ ਬਾਈ ਕੋਲੇ ਹੁਣ ਵੀ ਖੜੀ ਆ, ਬਿਲਕੁਲ ਇਹਦੀ ਕਾਪੀ ਆ ਜਮੀ ਸ਼ਕਲ ਸੂਰਤ ਇਸੇ ਨਾਲ ਦੀ ਆ। ਉਹ ਸੂਣ ਵਾਲੀ ਆ ਪਹਿਲਣ, ਜੇ ਆਪਾਂ ਇਹੇ ਵਾਲਾ ਕੰਮ ਕਰਨਾ ਹੋਵੇ ਤਾਂ ਪਿੱਛੋਂ ਪੀਤਾ ਵੀ ਮਾਰ ਸਕਦੇ। ਠੀਕ ਆ ਗੱਲ, ਚੜਾਈ ਦੇਖ ਲੈ ਹਨਾ। ਆ ਬਾਡੀ ਬਹੁਤ ਆ, ਬਾਡੀ ਦਾ ਮਾਗਰੋ ਤੁਹਾਨੂੰ ਇਹ ਬੁੱਲੇ ਲੱਗਦਾ ਵੀ ਇੱਕ ਬੁੱਲ ਜਾਂਦਾ ਤੁਰਿਆ। ਕੱਦ ਕਾਠ ਵੀ ਵਾਹਵਾ ਯਾਰ, ਤੂੰ ਜਾ ਦੇਖ ਲੈ ਮੇਰੇ ਹੁਣ ਬਿੱਡ ਵੀ ਚੰਗਾ ਤੇ ਬਾਡੀ ਬੁੱਡੀ ਵੀ ਬਹੁਤ ਆ ਤੇ ਹੈਗੀ ਵੀ ਜੱਤਲ ਜੀ ਆ, ਜਿਵੇਂ ਸੱਜਣਾ ਦੀ ਡਿਮਾਂਡ ਹੁੰਦੀ ਆ ਉੱਤੋਂ ਵੀ ਦਿਖਾ ਦਿੰਦਾ ਅਰਥ ਬਾਡੀ ਬੁੱਡੀ ਹੋਏ। ਬਾਡੀ ਬੁੱਡੀ ਬਹੁਤ ਆ ਤੇ ਥਣ ਥੁਣ ਵੀ ਚੰਗਾ ਲੱਗਾ ਤੇ ਆਰਡਰ ਵੀ ਜਿਵੇਂ ਤੁਹਾਨੂੰ ਮੈਂ ਕਹਿੰਦਾ ਹੁਣ ਗਾਂ ਵਾਲਾ ਆਰਡਰ, ਸਟਿਚ ਆਰਡਰ ਲੱਗਿਆ ਇਹਦੇ, ਚੌੜਾ ਆਰਡਰ ਆ ਪੂਰਾ। ਇੱਥੇ ਤੋਂ ਬਾਡੀ ਬੁੱਡੀ ਦਿਖਾ ਦੇ ਉੱਚੋ, ਚੜਾਈ ਚੜੂਈ ਬਹੁਤ ਆ, ਲੰਬਾਈ ਲੰਬੂਈ ਵੀ ਦਿਖਾ ਦੇ ਝੋਟੀ ਦੀ। ਸੂਆ ਇਹਦਾ ਵੀ ਦੂਜਾ? ਹਾਂ ਸੂਆ ਦੂਸਰਾ ਬਾਈ। ਲੈ ਚੱਲ, ਇਹਦੇ ਨਾਲ ਬੱਚਾ ਕੀ ਆ? ਇਹਦੇ ਪਿੱਛੇ ਕੱਟੀ ਆ ਬਾਈ, ਇਹਦੇ ਨਾਲ ਹੈਗੀ ਆ ਸੱਜਣੋ ਕੱਟੀ। ਕੱਟੀ ਵੀ ਚੰਗੀ ਆ, ਇਹਦੇ ਨਾਲ ਤਰਸ ਕੱਟੀ ਲਵੰਦਾ ਮਾਰੀ ਫੋੜਾ ਜਾ ਉਰੇ ਬਾਈ। ਆ ਕੱਟੀ ਤੇ ਵੀ ਮਾਰ ਦੇ ਕੈਮਰਾ। ਇਹਦੇ ਨਾਲ ਆ ਗਈ ਕੱਟੀ, ਸੂਆ ਦੂਜਾ। ਇਹ ਕਿੰਨੇ ਕੁ ਦਿਨ ਦੀ ਸੂਈ ਆ? ਇਹਨੂੰ ਵੀ ਅੱਜ ਬਾਈ 6 ਮਾਹ ਦੇਣਾ ਸੂਈ ਨੂੰ। ਆ ਦਿਖਾ ਦੇ ਹੋਇਆ, ਦੰਦ ਵੀ ਦਿਖਾ ਦੇ ਤਰਸੋ ਬੱਚੇ ਦੇ। ਨਹੀਂ ਜਿਹੜੀ ਗੱਲ ਕਹਾਂਗੇ ਬਾਈ ਯਾਰ ਉਹੀ ਹੋਊਗੀ। ਦੰਦੇ ਨੇ 2 ਮਾਹ ਵਾਲੇ ਮਾਰੀ ਕੱਢੇ ਨੇ ਹਜੇ, ਦਿਨਾਂ ਦੀ ਸੂਈ ਹੋਈ ਆ ਤੇ ਉਹ ਕੰਮ ਨਹੀਂ ਹੋਊਗਾ ਵੀ ਜੇ ਆਪਾਂ 6 ਦਿਨ ਕਹਾਂਗੇ 6 ਹੋਣਗੇ। ਹਾਂਜੀ, ਜੇ ਆਪਾਂ ਉਹੀ ਗੱਲ ਆ ਵੀ 6 ਦਿਨਾਂ ਦੀ ਸੂਈ ਕਿਤੇ ਅਗਲਾ ਮਹੀਨੇ ਵਾਲਾ ਕੰਮ ਉਹ ਨਹੀਂ ਹੋਊਗਾ। ਠੀਕ ਆ ਗੱਲ, ਇੱਥੋਂ ਦਿਖਾ ਦੱਸ ਲੈਵਾ ਓਏ। ਚਬਾਈ ਕਿਵੇਂ ਆ ਜੀ? ਚਬਾਈ ਦਾ ਤੈਨੂੰ ਮੈਂ ਦੱਸੀ ਜਾਂਦਾ, ਬੱਚਾ ਲਾ ਕੇ ਕਰਵਾਊਂਗਾ ਗੱਲਬਾਤ। ਹੈਗਾ ਪੰਪ ਵਾਲਾ ਜਗਾੜ ਮੈਂ, ਪੰਪ ਵਾਲਾ ਕੰਮ। ਥਣ ਕਿਵੇਂ? ਮਾੜਾ ਮੋਟਾ 19-21 ਪਾਉਂਦੀ ਆ ਪਰ 21-21 ਨਾ ਦੁੱਧ ਤਾਂ ਨਹੀਂ ਘੱਟ ਨਾ ਕੋਈ ਵੱਧ। ਠੀਕ ਆ ਗੱਲ, ਜੰਗਾੜ ਪੈੜਾ ਦੁੱਧ ਨਹੀਂ ਘੱਟ ਵੱਧ ਹੈਗਾ, ਬੈਠਣ ਵਾਲਾ ਜਿਹੜਾ ਥਾਣਾ ਉਹ ਦਿਖਾ ਦੇ ਤਰਸ 19-21 ਆ। 19-21 ਬਾਈ, ਕਿਉਂਕਿ ਉਹ ਦੱਸਣ ਦਾ ਆਪਣਾ ਫਰਜ਼ ਬਣਦਾ ਕੋਈ ਸੱਜਣ ਨੇੜੇ ਆ ਜੇ 19-20 ਦਾ ਜ਼ਰੂਰ ਪਾਉਂਦੀ ਆ ਫਰਕ ਥੋੜਾ ਜਿਹਾ। ਦੁੱਧ ਬਾਈ ਕਹਿੰਦਾ ਇੱਕੋ ਜਿਹਾ, ਉਹ ਤੁਸੀਂ ਡੰਗ 2 ਡੰਗ ਯਾਰ ਚਾਹੇ ਚੋ ਕੇ ਲੈ ਜਿਓ। ਦੁੱਧ ਹੁਣ ਮੌਕੇ ਤੇ ਇਹਦੇ ਥੱਲੇ 13.5 ਕਿਲੋ ਦਾ ਹਾਜ਼ਰ ਆ, ਨਾਲੇ 13.5 ਕਿਲੋ 6 ਦਿਨ ਦੀ ਸੂਈ, 6 ਦਿਨਾਂ ਦੀ ਹਾਜ਼ਰ। ਹਾਂ 13.5 ਕਿਲੋ ਇਹਦੇ ਥੱਲੇ ਬਾਈ ਕਹਿੰਦਾ ਇਸ ਟਾਈਮ ਰੈਡੀ ਦਾ, ਫੇਰ ਤਾਂ ਵੱਧ ਪਾ ਸਕਦੀ ਆ ਨਾ 13.5 ਦੇ ਹਿਸਾਬ ਨਾਲ ਨਾ। ਆਪਾਂ ਦਾ 15 ਕਿਲੋ ਦੀ ਗਰੰਟੀ, ਤੂੰ 15 ਦੀ ਓਟ ਦਿੰਦਾ ਜੇ 13.5 ਇਹ 6 ਦਿਨਾਂ ਦੀ ਕੱਢਦੀ ਆ ਫਿਰ ਤਾਂ ਇਹ ਪਾ ਸਕਦੀ ਆ। ਬਾਕੀ ਅੱਗੇ ਤਾਂ ਦਿਖਾ ਦੇ ਦਰਸ, 18-20 ਕਿਲੋ ਪਾ ਸਕਦੀ ਆ। ਹਾਂ 13.5 ਕਿਲੋ 6 ਦਿਨ ਦੀ ਸੂਈ ਥੱਲੇ। ਨਹੀਂ ਨਹੀਂ ਆਪਾਂ ਇਹਦਾ ਬੱਚਾ ਛੱਡ ਕੇ ਵੀ ਤੈਨੂੰ ਦਿਖਾ ਦਿੰਦੇ ਇੱਕ ਮਿੰਟ। ਬਾਡੀ ਬੁੱਡੀ ਵੀ ਬਹੁਤ ਆ ਝੋਟੀ ਦੀ, ਜੇ ਗੱਲਬਾਤ ਕਰ ਲਈਏ ਉੱਤੋਂ
ਤੇ ਨਾਲ ਜੇ ਮੇਨ ਗੱਲ ਕਰ ਲਈਏ ਇਹ ਹੈਗੀ ਵੀ ਸੱਜਣੋ ਕੱਟੀ ਆ। ਹਾਂ ਆਹ ਕੱਟੀ ਆ, ਨਾਲ ਵੀ ਕੱਟੀ ਆ, ਦੰਦ ਮੈਂ ਤੁਹਾਨੂੰ ਇਹਦੇ ਦਿਖਾਤੀ ਸੀ ਪੱਟ ਕੇ ਕੱਟੀ ਦੇ। ਨਹੀਂ ਚਵਾਈ ਆਪਾਂ ਤੁਹਾਨੂੰ ਦੋਨੇ ਝੋਟੀਆਂ ਦਿਖਾ ਦਾਂਗੇ, ਤੁਸੀਂ ਦੇਖੀ ਚਵਾਈ ਦੇਖੀ। ਧਾਰਾਂ ਧੂਰਾਂ ਤੁਹਾਨੂੰ ਜਿਹੜੀਆਂ ਦੋਏ ਸੂਈਆਂ ਨੇ ਦੋਨਾਂ ਨੇ ਮਾਰ ਕੇ ਦਿਖਾ ਦਾਂਗੇ, ਤੇ ਦੋ ਹੈਗੀਆਂ ਨੇ ਸੱਜਣੋ ਗੱਭਣਾ ਝੋਟੀਆਂ। ਗੱਭਣਾ ਵੀ ਬਸ ਤੂੰ ਕਹੇਗਾ ਕਮਾਲ ਦੀਆਂ ਨੇ ਦੋਨੋਂ। ਲੈ ਝੋਟੀ ਸੱਜਣੋ ਆ ਗਈ, ਧਾਰਾਂ ਧੂਰਾਂ ਤੁਹਾਨੂੰ ਦਿਖਾ ਦੇਣੇ ਮਾਰ ਕੇ ਦੀਆਂ। ਚਵਾਈ ਚਵੂਈ ਵਾਲਾ ਸਿਸਟਮ ਅਗਲੇ ਥਾਣਾ ਚ ਤਾਂ ਔਖਿਆ, ਪਿਛਲਿਆਂ ਚ ਵੀ ਮਾਰ ਦਿੱਤਾ ਤਾ। ਚਵਾਈ ਚਵੂਈ ਹੈਗੀ ਆ ਪੂਰੀ ਮੋਟੀ, ਜੇ ਗੱਲਬਾਤ ਕਰ ਲਈਏ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਵੀ ਤੁਸੀਂ ਬਾਈ ਤੋਂ ਲਿਜਾ ਸਕਦੇ ਹੋ। ਚੋਣ ਯਾਰ ਰੂਹ ਕੁਝ ਕਰਦਾ ਹਨਾ, ਚਵਾਈ ਚਵੂਈ ਦਾ ਕੀ ਰਿਪੋਰਟ ਆ? ਚੋਣ ਤੇ ਡਿਪੈਂਡ ਕਰਦਾ ਹੁੰਦਾ ਪਸ਼ੂ ਦਾ ਹਨਾ, ਤੇ ਬਾਕੀ ਯਾਰ ਜਾਣਕਾਰ ਸੱਜਣ ਨੇ ਜਿਹੜੇ ਉਹਦਾ ਥਣ ਥੁਣ ਦੇਖ ਕੇ ਆਈਡੀਆ ਲਾ ਲੈਂਦੇ ਨੇ ਵੀ ਇਹਦੀ ਚਵਾਈ ਕਿੱਦਾਂ ਦੀ ਹੋਊਗੀ। ਪੈਸੇ ਕਿੰਨੇ ਲਵਾਂਗੇ ਬਾਈ? ਇਹਦਾ ਵੀ ਉਹਦੇ ਜਿੰਨੀ ਆ ਸੇਮ ਹੀ ਯਾਰ, 130 135 ਮੁੱਲ, 130 ਦੀ ਛੱਡ ਦਾਂਗੇ। 130 ਤੇ 130 ਹੋ ਗਿਆ 2,60,000 ਜੇ ਦੋਨੇ ਲਿਆਂਦਾ ਕੋਈ ਸੱਜਣ, ਜੇ ਦੋਨੇ ਲਿਆਂਦਾ ਚਾਹੇ ਤਾਂ ਪਹੁੰਚ ਕਰਾ ਲੇ, ਚਾਹੇ 10 ਹੋਰ ਛੱਡ ਦਾਂਗੇ ਯਾਰ, ਚਾਹੇ ਤਾਂ 10,000 ਰੁਪਇਆ ਛੜਾ ਲੇ, ਚਾਹੇ ਕਰਵਾ ਲੇ ਪਹੁੰਚ। ਪਹੁੰਚ ਵਾਲਾ ਕੋਈ ਮਹਾਰਾਸ਼ਟਰ ਤੂੰ ਨਾ ਲਾ ਦੇ, ਕਿਤੋਂ ਮਰਜ਼ੀ ਕਰਾ ਲੇ ਯਾਰ, ਕੋਈ ਚੱਕਰ ਨੀ, 5,000 ਹੋਰ ਲੱਗ ਜੂ। ਮਹਾਰਾਸ਼ਟਰ ਚ ਵੀ ਭੇਜ ਦਾਂਗੇ, ਆਲ ਇੰਡੀਆ, ਨੇਪਾਲ ਚ ਵੀ ਭੇਜ ਦਾਂਗੇ। ਗੱਲ ਠੀਕ ਹੈ ਗੱਲ। ਲੈ ਸੱਜਣੋ ਬਾਈ ਕਹਿੰਦਾ ਇੱਕ ਤਾਂ ਭੇਜ ਦਾਂਗੇ ਆਲ ਇੰਡੀਆ ਤੇ ਇੱਕ ਭੇਜ ਦਾਂਗੇ ਨੇਪਾਲ, ਆ ਜੋੜਾ ਜੇ ਕਿਸੇ ਸੱਜਣ ਨੇ ਮੰਗਾਉਣਾ 2,00,000 ਤੇ 60,000 ਚ ਪਹੁੰਚਦਾ ਕਰ ਦਾਂਗੇ। ਜੇ ਕਿਸੇ ਨੇ ਬਾਈ ਆਪਦੀ ਟਰਾਂਸਪੋਰਟ ਲਿਆ ਕੇ ਲੈ ਕੇ ਜਾਣਾ ਉਹਨੂੰ 10,000 ਦੀ ਕਾਪੀ ਬਾਈ ਕਹਿੰਦਾ ਇੱਕ ਇੱਥੋਂ। ਹਾਂ 2,50,000 ਦੀਆਂ ਦੇ ਦਾਂਗੇ, ਦੁੱਧ 15-15 ਕਿਲੋ ਵਾਲੀਆਂ ਨੇ ਦੋਨੋਂ, ਜਾਤ ਨਸਲ ਫੁੱਲ ਕੁਆਲਿਟੀ ਵਾਲੀਆਂ ਹਨਾ। ਤੇ ਹੁਣ ਆ ਜਾ 3 ਨੰਬਰ ਵਾਲੀ ਤੇ ਆ ਤਰਸ, ਆਹ ਦਿਖਾ ਓਏ, ਆਹ ਟਰੱਕ ਦਿਖਾ ਦੇ ਨੇੜੇ ਲਾ ਕੇ। ਇਹਦਾ ਹੱਥ ਐ ਮਸੀ ਉੱਪੜਦਾ, ਇਧਰਲੇ ਬੰਨੇ ਚਲੇ ਜਾਂਦੇ, ਉੱਤੋਂ ਚੜਾਈ ਚੜੂਈ ਬਹੁਤ ਆ। ਇਹਦਾ ਇੱਕ ਤਾਂ ਦਿਮਾਨ ਬੈੱਡ ਹੁੰਦਾ, ਇਹਦਾ ਵੱਡੇ ਬੈੱਡ ਵਾਲਾ ਸਿਸਟਮ ਹੀ ਆ। ਇਹ ਇੱਕ ਚੀਜ਼ ਤੈਨੂੰ ਹੋਰ ਦੱਸ ਦੇਣਾ, ਇਹਦੇ ਹਜੇ 10 ਦਿਨ ਰਹਿੰਦੇ ਆ, ਦੇਖੀ ਪੋਲੀ ਦੇਖੀ ਆ, ਦੇਖੀ ਇਹ ਪੋਲੀ ਦੇਖ ਲੈ ਥੱਲੋਂ, ਜਿੱਦੇ ਤਿਆਰ ਹੋ ਗਈ ਭੂੰਗ ਲਾ ਦੂ ਇਹ ਕਿਸੇ ਰਾਜੇ। ਐ ਲੱਗਦੀ ਆ ਵੀ ਜਿਵੇਂ ਬਾਜ਼ਾਰ ਵਾਲਾ ਜਗਾੜ ਹੋ ਜਾਂਦਾ। ਹਾਂ ਹਾਂ ਇਹਦੇ 10 ਦਿਨ ਰਹਿੰਦੇ, ਇਹਦਾ ਚੇਪਾ ਨਾ ਜਮੀ ਸ਼ਹਿਦ ਆ ਯਾਰ, ਇਹ ਵੀ ਤੋਰ ਦੇ ਖੋਲ ਕੇ। ਸੂਆ ਇਹਦਾ ਵੀ ਦੂਜਾ, ਸੂਆ ਦੂਸਰਾ, ਇਹ ਤਾਂ ਬਸ ਬਾਂਗਰੂ ਦੀਆਂ ਮਿੰਤਾਂ ਕਰਕੇ ਲੈਤੀ ਹੈ ਚੀਜ਼ ਹਨਾ। ਇਹ ਆ ਗਈ ਫੁੱਲ ਡਾਵਲ, ਅਸਲ ਯਾਰ ਆਪਾਂ ਨੂੰ ਐਂ ਹੁੰਦਾ ਵੀ ਯਾਰ ਆਪਾਂ ਕੁਆਲਿਟੀ ਹੋਵੇ ਆਪਣੇ ਕੋਲੇ ਹਨਾ, ਹਰੇਕ ਨੂੰ ਐਂ ਹੁੰਦਾ ਦੇਖੀ, ਆ ਦੇਖੀ ਬਾਈ ਕੁਆਂਟੀਟੀ ਨਾ ਹੋਵੇ। ਹਾਂ ਕੁਆਲਿਟੀ ਹੋਵੇ, ਗਿਣਤੀ ਨਾ ਹੋਵੇ, ਕੁਆਲਿਟੀ ਹੋਵੇ, ਕੁਆਲਿਟੀ ਹੋਵੇ, ਇੱਥੋਂ ਦਿਖਾ ਤਰਸ ਹੋਏ ਨਾਲੇ ਤਾਂ ਸਿੰਗ ਸੁੰਗ ਦੀ ਕੁਆਲਿਟੀ ਵਾਲੀ, ਟੋਪ ਦੀ ਆ ਝੋਟੀ ਦੀ ਫੇਸ ਕੁਆਲਿਟੀ ਤੇ ਬਾਡੀ ਬੂਡੀ ਵਾਲੀ। ਜਿਹੜਾ ਸੀਮਨ ਦੱਸਾ ਤੈਨੂੰ ਫਿਰ ਹੋਰ ਵੀ 4 ਚੰਦ ਪਹਿਲਾਂ ਵੀ ਆਪਾਂ ਨੇ ਝੋਟੀ ਇਹਦੇ ਨਾਲ ਦੀ ਵੇਚੀ ਅਰਜਨ ਕੁੰਗੜ ਦੀ, ਠੀਕ ਹੈ। ਤੇ ਜਦੋਂ ਬੰਦੇ ਨੇ ਦੱਸਿਆ ਨਾ ਵੀ ਇਹ ਸੀਮਨ ਅਰਜਨ ਕੁੰਗੜ ਦੀ ਆ, ਠੀਕ ਹੈ, ਤੇ ਮੈਂ ਹੁਣ ਚਾਹੇ 5-10 ਹਜ਼ਾਰ ਵੱਧ ਲੈ ਲੈ ਉੱਥੇ ਬਹਿ ਗਿਆ ਕੁਰਸੀ ਦਾ। ਹਾਂ ਮਾਂ ਪਰ ਝੋਟੀ ਦੇ ਦੇ ਸਾਨੂੰ ਹੈ ਨਾ ਬਾਈ, ਕਹਿੰਦਾ ਜਦੋਂ ਅਰਜਨ ਦਾ ਨਾਮ ਲੈ ਤਾ ਨਾ, ਕਿਉਂਕਿ ਅਰਜਨ ਦੀ ਉਹਦਾ ਵਿਸ਼ਵਾਸ ਖੜਦਾ ਯਾਰ, ਮਾਰੀ ਪਾਣੀ ਮੰਗਰ ਮਾਰੀ ਯਕੀਨ ਜਾ ਵੀ ਆ ਯਾਰ ਵੀ ਫਲਾਣੇ ਸੀਮਨ ਦੀ ਝੋਟੀਆਂ ਦੁੱਧ ਦਿੰਦੀਆਂ ਨੇ ਹਨਾ, ਅਰਜਨ ਦੀਆਂ ਕੱਟੀਆਂ ਦੁੱਧ ਚੰਗਾ ਦਿੰਦੀਆਂ ਨੇ। ਹਾਂ ਤੇ ਬਾਕੀ ਉਹਨਾਂ ਦੀ ਕੁਆਲਿਟੀ ਕਬੂਲਟੀ ਵਾਲੀ ਚੰਗੀ ਹੁੰਦੀ ਆ, ਸਿੰਗ ਦਾ ਡਿਜ਼ਾਈਨ ਵੀ ਇੱਕੋ ਆਉਂਦਾ ਅਰਜਨ ਦਾ ਜ਼ਿਆਦਾਤਰ। ਜੇ ਗੱਲਬਾਤ ਕਰ ਲਈਏ ਲੈ ਚਲਾ ਦਿਆ ਇਹਨੂੰ ਬਾਡੀ ਬੂਡੀ ਤੇ ਫੇਸ ਕੁਆਲਿਟੀ ਥੱਲਿਓਂ ਲੇਵਾ ਲੂਵਾ, ਮਤਲਬ ਕਹਿਣ ਦਾ ਭਾਵ ਯਾਰ ਝੋਟੀ ਹਰੇਕ ਪੱਖ ਤੋਂ ਟੌਪ ਕੁਆਲਿਟੀ ਚ ਆ ਗਈ। ਤੇ ਬਾਕੀ ਤੁਸੀਂ ਨੇ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਜਾਨਵਰ ਬਾਈ ਦੇ ਲੱਗੇ ਕਿੱਦਾਂ ਦੇ ਨੇ। ਉਹੀ ਗੱਲ ਫੇਰ ਆ ਜਾਂਦੀ ਹੈ ਯਾਰ ਹਨਾ ਵੀ ਪੈਸੇ ਚ ਇਹ ਘੱਟ ਬਣ ਜਾਣਾ, ਠੀਕ ਹੈ, ਪਰ ਦੇਖਣ ਵਾਲਾ ਵੀ ਕਹੇ ਵੀ ਪਸ਼ੂ ਹੈਗੇ ਆ ਤੇ ਮੂੰਹੋਂ ਬੋਲੇ ਕੋਈ ਚੀਜ਼ ਹੈ ਨਾ, ਆਪ ਤਾਂ ਆਪਾਂ ਵਾਧੂ ਕਰ ਦਾਂਗੇ ਤਾਰੀਫ, ਉਹਦਾ ਨਹੀਂ ਕੋਈ ਚੱਕਰ। ਨਜ਼ਾਰਾ ਉਦੋਂ ਦਾ ਜਦੋਂ ਦੂਜਾ ਬੰਦਾ ਜਿਹੜਾ ਮੈਚ ਲੈ ਕੇ ਜਾਂਦਾ, ਜਦੋਂ ਉਹ ਫੋਨ ਕਰਦਾ ਵੀ ਯਾਰ ਤੁਸੀਂ 15 ਕਹਿੰਦੇ ਸੀ, 16-17 ਤੇ ਚੱਲੀ ਜਾਂਦੀ ਆ ਇਸ ਟਾਈਮ। ਹਾਂ ਹਾਂ ਫਿਰ ਉਹੀ ਗੱਲ ਆ, ਕਿਸੇ ਦੇ ਮੂੰਹੋਂ ਕਹਾਉਣਾ ਉਹੀ ਚੀਜ਼ ਸ਼ੋਭਾ ਦਿੰਦੀ ਆ।
ਚਬਾਈ ਚਬੂਈ ਕਿਵੇਂ ਦੱਸੀ ਆ ਜੀ? ਚਬਾਈ ਤਾਂ ਮਹਾਂ ਜੇ ਤੂੰ ਘੇਰ ਲੈ ਮਾੜਾ ਜਿਹਾ, 2 ਮਿੰਟ ਮੈਂ ਤੈਨੂੰ ਕਰਕੀ ਦਿਖਾ ਦਾ ਹੈ ਨਾ। ਅੱਛਾ, ਆ ਦੇਖ, ਆ ਦੇਖ ਬਾਈ, ਕੈਦ ਨੀ ਸੁਣਦੀ, ਤੁਸੀਂ ਆਪ ਦੇਖ ਲਓ। ਗੂੰਦ ਮਾਰਦੀ ਆ, ਘੱਟੋ ਘੱਟ ਵੀ 7 ਦਿਨ ਲੈ ਜਾਣੇ ਚਾਹੀਦੇ ਨੇ ਨਾ। ਹਫ਼ਤਾ 10 ਦਿਨ ਤਾਂ, 10 ਦਿਨ ਤਾਂ ਜਮੇ ਕਿਧਰੇ ਨੀ ਗਈ। ਆ ਗੂੰਦੇ ਮਾਰਦੀ ਆ, ਹਜੇ ਬਾਡੀ ਬੂਡੀ ਦੀ ਵੀ ਚੰਗੀ ਆ। ਇਹਦੇ ਪੈਸੇ ਕਿੰਨੇ ਲਵਾਂਗੇ? ਪੈਸੇ ਤਾਂ ਜੇ ਤਾਂ ਆਮ ਸਿਆਵ ਲਾ ਲਾ ਫਿਰ ਤਾਂ 2.5-3 ਲੱਖ ਵੀ ਕਹਿ ਸਕਦੇ। ਆਮ ਨੀ ਲਾਉਣਾ, ਖਾਸ ਲਾਉਣਾ। ਖਾਸ ਖਾਸ ਕੰਮ ਇਹ 1,75,000 ਦੀ ਦੁੱਧ ਨੇ ਪਹਿਲਾਂ ਨੇ ਦੇ ਰੱਖਿਆ 15 ਕਿਲੋ। ਠੀਕ ਹੈ, ਗਾਰੰਟੀ ਦੇ ਦਾਂਗੇ ਅਗਲੇ ਦੇ ਘਰ ਤੱਕ ਦੀ 17 ਕਿਲੋ ਦੀ। 17 ਕਿਲੋ ਦੀ ਓਰੀਜਨਲ ਦੂਜਾ ਸੂਆ, ਓਰੀਜਨਲ ਦੂਜਾ ਸੂਆ ਦੇਊਗੀ 20 ਕਿਲੋ। ਦੰਦਾਂ ਚ ਕਿਵੇਂ ਹੋਊ? ਦੰਦਾਂ ਚ 6 ਦੰਦ 6 ਦੰਦ 6 ਦੰਦ 6 ਦੇ ਹਿਸਾਬ ਨਾਲ ਤਾਂ ਬਾਡੀ ਬੁੱਢੀ ਵਾਲੀ ਆ ਯਾਰ। ਹਾਂ, ਬਾਡੀ ਦਾ ਤੈਨੂੰ ਫਿਰ ਉਹੀ ਗੱਲ ਆ ਜਿਹੜੇ ਸੀਮਨ ਦੀ, ਉਹੀ ਗੱਲ ਤੇਰ ਲਵੇ ਕੱਟੀ ਦੀ, ਕਿੰਨੇ ਦਾ ਖੀਰੀ ਤੀਗੀ। ਉਹ ਵੇਚੀ ਦੀ ਆਪਾਂ ਨੇ 92 ਮੰਗਿਆ ਤੇ 92 ਦੀ ਹੋ ਗਈ, ਤਾਂ ਮੈਂ ਤੋਂ ਘੱਟ ਮੰਗਵਾ ਤੇ ਉਹਦੇ ਪੈਸੇ। ਹਾਂ ਹਾਂ, ਹਰਿਆਣੇ ਵਾਲੇ ਸੱਜਣ ਬਾਈ, ਉਹਦਾ ਆਪਾਂ ਨੂੰ 2 ਲੱਖ ਵੀ ਲਾਈ ਗਏ। ਉਸ ਤੋਂ ਬਾਅਦ ਮਾਂ ਯਾਰ ਸਾਈ ਲੈ ਲਈ ਉਹ ਤੋਂ, ਜੇ ਏਦਾਂ ਦੀਆਂ ਕੱਟੀਆਂ ਤਿਆਰ ਕਰਨ ਲੱਗ ਜਾ 1.5-2 ਲੱਖ ਖਰਚ ਆ ਜਾਂਦਾ। ਇਹ 1,70 ਦੇ ਗੇੜ ਹੋਜੂ। ਹਾਂ ਹਾਂ, 1,70 ਦੀ ਵੀ ਦੇਵਾਂਗੇ ਯਾਰ। 1,70,000 ਦੀ ਬਾਈ ਕਹਿੰਦਾ ਦੇ ਦਾਂਗੇ। ਦੰਦਾਂ ਚ ਹੈਗੀ ਆ 6 ਦੰਦ, ਪਹਿਲਣ ਦਾ ਹੈਗਾ 15 ਦਾ ਰਿਕਾਰਡ, 17 ਦੀ ਗਾਰੰਟੀ ਦੇ ਦਾਂਗੇ ਕਹਿੰਦਾ। 17 ਦੀ ਗਾਰੰਟੀ ਦੇ ਦਾਂਗੇ, ਜੇ ਕੱਟੀ ਦਿੰਦੀ ਆ ਫਿਰ ਹੋਰ ਵੀ ਸੋਨੇ ਤੇ ਸਹਾਗਾ ਹੋ ਜੀ। ਦੇਖੀ ਆ, ਦੇਖ ਲੈ ਇਹਦਾ ਚਿਹਰਾ ਦਿਖਾ ਦੇ ਤੇ ਇਹਦੀ ਠੰਡੀ ਸੀਲ ਦਿਖਾ ਦੇ ਕਿ ਗਾਲਾ ਕਿ ਇੱਥੇ ਰੋਕ ਕੇ ਦਿਖਾ ਦੇ ਦਰਸ਼ਕ। ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇਥੋਂ। ਪਿੱਠਾ ਪਿੱਛੋਂ ਵੀ ਦਿਖਾ ਬਾਈ, ਪੁੱਠਾ ਵੀ ਦਿਖਾ ਇਹਦਾ। ਜਿਵੇਂ ਆਪਣਾ ਕਹਿੰਦਾ ਹੁੰਦਾ ਵੀ ਇਹਦੇ ਪੁੱਠੇ ਪੱਠੇ ਦੀ ਚੜਾਈ ਬਹੁਤ ਆ, ਉਹ ਗੱਲਬਾਤ। ਤੂੰ ਮੈਨੂੰ ਘਾਟ ਜੀ ਦੱਸ ਦੇ ਵੀ ਆ ਫਲਾਣੀ ਘਾਟ ਜੀ ਲੱਗਦੀ ਆ, ਪੂਛ ਵੀ ਫੜ ਕੇ ਦਿਖਾ ਦੇ ਜਿਵੇਂ ਜੈੱਡ ਬਲੈਕ ਆ। ਪੂਛ ਵੀ ਜੈੱਡ ਬਲੈਕ ਆ ਗਈ ਬਿਲਕੁਲ, ਤੇ ਬਾਡੀ ਬੂਡੀ ਦੀ ਮਤਲਬ ਹਰੇਕ ਪੱਖ ਤੋਂ ਜੇ ਗੱਲ ਕਰ ਲਈ ਵੀ ਲਾਜਵਾਬ ਆ ਝੋਟੀ। ਜੇ ਕੋਈ ਆਪਾਂ ਨੂੰ ਇਹਦਾ ਕੋਈ ਚਿੱਟਾ ਵਾਲ ਲੱਭ ਕੇ ਦਿੰਦਾ 1,10,000 ਹੋਰ ਵੀ ਛੱਡ ਦਾਂਗੇ। ਅੱਛਾ, ਹਾਂ ਇੱਕ ਵੀ ਚਿੱਟਾ ਵਾਲ, ਸਾਰੇ ਸਾਰੇ ਪੱਖ ਤੋਂ ਚੈਲੰਜ ਆ। ਹਾਂ ਚੈਲੰਜ ਆ ਯਾਰ, ਖੁੱਲਾ ਚੈਲੰਜ ਆ। ਜੇ ਕੋਈ ਏਦਾਂ ਦੀ ਝੋਟੀ 1,000 ਰੁਪਿਆਂ ਚ ਦੇ ਦੇ ਤਾਂ ਵੀ ਖੁੱਲਾ ਚੈਲੰਜ, ਉਹ ਵੀ ਚੈਲੰਜ ਆ। ਤਾਂ ਚੈਲੰਜ ਤੇ ਚੈਲੰਜ ਹੀ ਆ ਬਾਈ ਆਹ ਝੋਟੀ ਵਾਸਤੇ, ਕਿਉਂਕਿ ਯਾਰ ਇਹ ਝੋਟੀ ਓਟ ਦੀ ਆ ਰੁਪਈਏ, ਬਾਕੀ ਜੇਬ ਚੋਂ ਰੁਪਈਏ ਕਢਾ ਲੂਗੀ ਮਾਲਕ ਦੇ ਜਿਹੜਾ ਸੱਜਣੇ ਲੈ ਕੇ ਜਾਊਗਾ। ਕਢਵਾ ਵੀ ਲਊਗੀ, ਬਾਕੀ ਇਹ ਲਾ ਕੇ ਵੀ ਲੈ ਕੇ ਆਇਆ ਹਨਾ। ਠੀਕ ਆ ਗੱਲ, ਇਹ ਪਹਿਲਾਂ ਉਹੀ ਗੱਲ ਆਪਦੀ ਜੇਬ ਚੋਂ ਖਰਚੇ ਨੇ ਏਦਾਂ ਦੀਆਂ ਚੀਜ਼ਾਂ ਖਰੀਦਣ ਵਾਸਤੇ, ਕੱਲੀਆਂ ਪੈਸੇ ਨਾਲ ਵੀ ਜੇ ਮੈਂ ਕਹਾਂ ਇਹ ਉਹੀ ਗੱਲ ਆ, ਸਰਕਲ ਹੁੰਦਾ ਜਿੱਥੇ ਮਿਲ ਜਾਂਦੀਆਂ ਨੇ ਹਨਾ। ਜੇ ਕਹਾਂ ਵੀ ਡੇਲੀ ਨਹੀਂ ਹਿੱਸੇ ਆਉਂਦੀਆਂ ਜਾਂ ਰਹੀਆਂ ਚੀਜ਼ਾਂ ਹਨ। ਰੁਪਈਏ ਤਾਂ ਬਹੁਤ ਦੁਨੀਆ ਲੈ ਕੇ ਜਾਂਦੀ ਆ ਹਰਿਆਣੇ ਚ, ਹਰੇਕ ਨੂੰ ਉਹ ਦੰਦੇ ਵੀ ਨਹੀਂ, ਜਿਹੜੀ ਉਹਨਾਂ ਨੇ ਪਸੰਦ ਦੀ ਚੀਜ਼ ਆ ਉਹ ਛੇਤੀ ਵੇਚ ਦੇਣੀ ਚਾਹੀਦੀ, 5 ਲੱਖ ਰੁਪਈਆ ਲਾ ਦੇ। ਹੁਣ ਆਹ 70 ਪਿਆਰੇ ਨੂੰ ਹੋਇਆ ਨਹੀਂ ਪਤਾ 5 ਲੱਖ ਵਾਲੀ ਵੀ, ਇਹ ਦੋਏ ਝੋਟੀਆਂ ਇੱਕੋ ਘਰੋਂ ਖਰੀਦੀਆਂ ਨੇ ਯਾਰ। ਠੀਕ ਆ ਗੱਲ, ਉਹ ਕਹਿੰਦਾ ਵੀ ਮੇਰਾ 1 ਨਾਲ ਸਰਜੂ, 1 ਲੈ ਜਾਓ ਪਹਿਲਾਂ ਦੋਵਾਂ ਦਾ ਮੁੱਲ ਕਰਕੇ। ਠੀਕ ਆ, ਮਾਂ ਆਹ ਝੋਟੀ ਦਾ ਫਿਰ ਅਸੀਂ ਲਵਾਂਗੇ ਤਾਂ 2 ਲਵਾਂਗੇ। ਠੀਕ ਆ ਗੱਲ, ਹਾਂ ਕਿਉਂ ਹੁੰਦੀ ਆ ਯਾਰ ਵੀ ਆਪਾਂ ਦਿਖਾਈਏ ਕਿਸੇ ਨੂੰ ਨਾ, ਵੇਚ ਤਾਂ ਆਪਾਂ ਕਿਸੇ ਨੂੰ ਵਟਸਐਪ ਤੇ ਵੀਡੀਓ ਪਾ ਕੇ ਵੀ ਦੇ ਦਿੰਦੇ ਆਪਣੇ ਬਹੁਤ ਸੱਜਣ ਦੇ ਸਰਕਲ ਚ ਨੇ, ਅਗਲਾ ਕਹਿੰਦਾ ਸਾਨੂੰ ਵੀਡੀਓ ਪਾ ਦੀ। ਠੀਕ ਆ ਗੱਲ, ਮੈਂ ਸੋਚਿਆ ਮੈਂ ਉਹੀ ਗੱਲ, ਸਾਰਿਆਂ ਨੂੰ ਨਹੀਂ ਦਿਖਣੀ ਵੀ ਆਪਾਂ ਕੀ ਕੁਆਲਿਟੀ ਵੇਚੀ ਜਾਂਦੇ ਆ, ਕੀ ਕੁਆਲਿਟੀ ਵੇਚੀ ਆ। ਬਾਕੀ ਵਟਸਐਪ ਤੇ ਅੱਡ ਗੱਲ ਆ, ਜਿਹੜੇ ਸੱਜਣ ਯੂਟਿਊਬ ਤੇ ਦੇਖਦੇ ਆਪਾਂ ਉਹਨਾਂ ਨੂੰ ਵਾਂਝੇ ਰਹਿ ਜਾਂਦੇ, ਉਹ ਅੱਡ ਗੱਲ ਬਾਤ ਆ। ਇਹ ਮਿਲੂਗੀ 1,70,000 ਦੀ ਤੇ ਹੁਣ ਆ ਜਾ ਤਰਸ 4 ਨੰਬਰ ਵਾਲੀ ਤੇ ਇਹ ਤੇ ਵੀ ਮਾਰ ਦੇ, ਇਹ ਤੇ ਵੀ ਦੇਖ ਲਾ, ਇੱਕੋ ਕਰਵਾਈਆਂ ਨੇ ਬਾਈ ਦੋਨੋਂ। ਠੀਕ ਆ ਗੱਲ, ਉਹ ਤੇਲ ਤੂਲ ਨਹੀਂ ਲਾਇਆ ਹੋਇਆ ਬਾਈ ਦਾ ਹਨਾ, ਮੋਡੀਫਾਈ ਨਹੀਂ ਕਰੇ, ਚਮਕ ਚਮਕ ਬਹੁਤ ਆਇਆ ਦੀ ਬਾਡੀ ਚ, ਡਾਲ ਰਾਮਲਾ ਲਾਉਂਦਾ ਏ। ਉਹੀ ਗੱਲ ਆ ਫਿਰ ਹਨਾ, ਫਿਰ ਜੇ ਤੇਲ ਲਾਇਆ ਕਿਸੇ ਨੂੰ ਫਿਰ ਕੀ ਫਾਇਦਾ ਹਨਾ। ਅੱਛਾ, ਹਾਂ ਫਿਰ ਉਹਦਾ ਕਹਾਣਾ ਤੇਲ ਲਾਤਾ, ਤੇਲ ਸ਼ਬਦ ਹੀ ਮਾੜਾ ਤੇ ਸਿੰਘਾਂ ਦੇ ਜ਼ਰੂਰ ਕੱਲਾ ਤੇਲ ਲਾਇਆ, ਉਹ ਵੀ ਥੋੜਾ ਜਿਹਾ ਰੇਗ ਮਾਰ ਕਰਕੇ ਰੁੱਖੇ ਹੋ ਗਏ ਤੇ ਹਨਾ। ਸੂਆ ਕਿਹੜਾ ਇਹਦਾ? ਇਹਦਾ ਵੀ ਦੂਸਰਾ ਬਾਈ, ਇਹਦਾ ਵੀ ਦੂਜਾ, 4 ਦੂਜੇ ਸੂਏ ਨੇ, ਦੂਜੇ ਸੂਏ। ਇਹ ਕਿੰਨੇ ਦਿਨ ਕੱਢਦੀ ਆ? ਇਹ ਵੀ 10 ਦਿਨ ਲੈ ਜੂ ਬਾਈ, ਸ਼ਾਇਦ ਮਾਰਦੀਆਂ ਨੇ ਇਹ ਵੀ। ਇਹ ਵੀ ਬਾਈ ਕਹਿੰਦਾ 10 ਦਿਨਾਂ ਦੇ ਏੜ ਗੇੜ ਕੱਢ ਦੂਗੀ, ਉਹ ਸਾਂਭ ਸੂਹ ਸੱਜਣਾ ਦੀ ਚੰਗੀ ਕਰੀ ਹੋਈ ਆ ਜਿੱਥੋਂ ਝੋਟੀਆਂ ਆਈਆਂ ਨੇ।
ਕਿਉਂਕਿ ਉੱਤੋਂ ਬਾਡੀ ਬੂਡੀ ਦੀਆਂ ਬਹੁਤ ਨੇ ਇਹ ਸੈਲੇਜ ਤੇ ਵੀ ਨਹੀਂ, ਦਾਣੇ ਤੇ ਪਲੀਆਂ ਹੋਈਆਂ ਝੋਟੀਆਂ ਨੇ ਬਈ ਇਹ। ਠੀਕ ਆ ਗੱਲ। ਕਈ ਵਾਰੀ ਸੈਲੇਜ ਨਾਲ ਕੱਲਾ ਵੇਟ ਹੋ ਜਾਂਦਾ ਨਾ। ਹਾਂਜੀ ਹਾਂਜੀ, ਪਰ ਉਹ ਚੀਜ਼ ਨਹੀਂ, ਇਹ ਉਹ ਆ ਗਈਆਂ ਪੇਟ ਵਾਲੀਆਂ ਝੋਟੀਆਂ ਆ ਗਈਆਂ। ਹਾਂ ਹਾਂ, ਇਹ ਦਾਣੇ ਤੇ ਪਲੀਆਂ ਹੋਈਆਂ ਨੇ, ਇਹ ਦੁੱਧ ਵਿੱਚ ਔਖਾ ਪਾਉਣਗੀਆਂ। ਇਹਦਾ ਕੀ ਰਿਕਾਰਡ ਰਿਹਾ ਪਹਿਲਣ ਦਾ? ਇਹਨੇ ਵੀ ਪਹਿਲਣ ਨੇ ਬਈ 14 ਤੋਂ ਬਾਹਰ ਦੁੱਧ ਦੇਰ ਕੇ 15 ਕਿਲੋ ਮੰਗੂ। ਠੀਕ ਆ ਗੱਲ। ਤੇ ਇਹਦੀ ਵੀ ਆਪਾਂ ਗਾਰੰਟੀ ਦੇ ਦਾਂਗੇ 15 ਪਲੱਸ ਦੀ, ਇਹਦੀ ਦੇ ਦਾਂਗੇ 15 ਦੀ ਗਾਰੰਟੀ ਹੈ ਨਾ। ਬਾਡੀ ਬੂਡੀ ਇਹਦੀ ਵੀ ਉਸੇ ਝੋਟੀ ਮੰਗੂਆ ਜਮੀ। ਬਾਡੀ ਦਾ ਤੂੰ ਪਿੱਛੇ ਦੇ ਦਿਖਾ ਲੈ, ਬਾ ਕਮਾਲ ਹੀ ਆ ਯਾਰ। ਆ ਦੇਖ ਲੈ, ਦੋਨੋਂ ਨੇ ਇੱਕ ਨਾਲ ਲਾ ਦੇ, ਤੂੰ ਦੇਖ ਲੈ ਇਹਦੀ ਚਮੜੀ ਦੀ ਕੀ ਗੱਲਬਾਤ ਆ। ਦੋਹੇ ਦਿਖਾ ਦੇ ਦੱਸ ਓਏ, ਨਾਲੇ ਇਹਦੀ ਲੇਵੇ ਦੀ ਸ਼ੇਪ ਦਿਖਾ ਦੇ ਬਈ ਕਿੱਥੇ ਨੂੰ ਜਾਂਦੀ ਆ ਲਾਉਂਦੀ ਹੁਣ। ਬਿਲਕੁਲ ਸ਼ੂ ਤੱਕ ਜਾਂਦਾ ਹੈ ਨਾ, ਜੇ ਤੇਲ ਲੱਗਿਆ ਹੁੰਦਾ ਤਾਂ ਇਹ ਸਮਝ ਲਓ ਪੱਗ ਬੰਨਣ ਵਾਲਾ ਕੰਮ ਹੋ ਜਾਂਦਾ, ਸੀਸੇ ਵਾਲਾ ਸਿਸਟਮ ਬਣ ਜਾਂਦਾ। ਹਾਂ, ਇਹਦੇ ਪੈਸੇ ਕਿੰਨੇ ਲਵਾਂਗੇ? ਪੈਸੇ ਤਾਂ ਦੋਨਾਂ ਦਾ ਇੱਕ ਹੀ ਮੁੱਲ ਆ, ਚੱਲ ਇਹਦਾ 10,000 ਹੋਰ ਵੀ ਘੱਟ ਦੇ ਦਾਂਗੇ। ਇਹਦਾ 10 ਘੱਟ, ਇਹ 60 ਦੀ, ਇਹ 60 ਦੀ ਵੀ ਦੇ ਦਾਂਗੇ ਜੇ ਕੋਈ ਜੋੜਾ ਲਿਆਂਦਾ। ਜੇ ਜੋੜਾ ਲਿਆਂਦਾ ਹੋਰ 10-10 ਹੋਰ ਚੱਕ ਦਾਂਗੇ ਯਾਰ, ਕਿਹੜਾ ਕੁਝ ਨਹੀਂ ਹੁੰਦਾ ਹੈਗਾ। ਇਹ 1.5 ਦੀ ਦੇ ਦਾਂਗੇ, ਉਹ 1.60 ਦੀ ਦੇ ਦਾਂਗੇ ਜੇ ਕੋਈ ਜੋੜਾ, ਜੇ ਕੋਈ ਜੋੜਾ ਲਿਆਂਦਾ। 3,10,000 ਦੀ ਪਹੁੰਚ ਵੀ ਕਰ ਦਾਂਗੇ ਯਾਰ, ਵਿੱਚੀ ਪਹੁੰਚ ਕਰ ਦਾਂਗੇ ਜੇ ਕੋਈ ਸੱਜਣ ਬਰੀਡ ਵਾਸਤੇ ਲੈਣਾ ਚਾਹੁੰਦਾ। ਕਿਉਂ ਇਹ ਜੋੜੇ ਦੀ ਹੋਊਗੀ 3,00,000 ਤੇ 10,000 ਚ ਪਹੁੰਚ, ਪਰਲੇ ਜੋੜੇ ਦੀ ਹੋਊਗੀ 2,50,000 ਚ ਪਹੁੰਚ। ਹਾਂ ਬੱਚੇ, ਉਹੀ ਗੱਲ ਆ, ਇਹ ਉਹੀ ਗੱਲ ਆ। ਜਾਨਵਰ ਅਕਸਰ ਆਪਾਂ ਉਹ ਖਰੀਦਣ ਦੀ ਕੋਸ਼ਿਸ਼ ਰਹਿੰਦੀ ਆ ਵੀ ਜਿਨ੍ਹਾਂ ਨੂੰ ਲੈ ਕੇ ਗਾਹਾਂ, ਬੱਚੇ ਵੀ ਆਪਣਾ ਪਾਲਣ ਦਾ, ਇਕੱਲੇ ਉਹ ਕੰਮ ਨਹੀਂ ਵੀ ਆਪਾਂ ਨੇ ਡੇਅਰੀ ਚ ਖੜਾਤੀਆਂ ਦੁੱਧ ਚੋਲਿਆ ਹਨ। ਇਹ ਨਾਲ ਨਾਲ ਨਾ ਬਰੀਡਿੰਗ ਵਾਲੀਆਂ ਝੋਟੀਆਂ ਵੀ ਨੇ, ਤੁਹਾਨੂੰ ਬੱਚੇ ਵੀ ਚੰਗੇ ਪਾਉਣਗੀਆਂ। ਹਾਂ ਹਾਂ, ਉਹ ਚੀਜ਼ ਆ, ਬੱਚੇ ਵੀ ਚੰਗੀ ਕੁਆਲਿਟੀ ਦੇ ਪਾਉਣਗੀਆਂ। ਹੋ ਸਕਦਾ ਇਹਨਾਂ ਦੇ ਕੱਟੀਆਂ ਵੀ ਦੇ ਦੇਣ ਯਾਰ, ਉਹ ਤੁਹਾਡੀ ਕਿਸਮਤ ਵਾਲੀ ਗੱਲ ਆ। ਹਾਂ ਉਹ ਟਕਿਆ ਢੋਲਾ ਜੇ ਹਨਾ, ਮੈਂ ਤੈਨੂੰ ਢੋਲ ਵਾਲਾ ਸਿਸਟਮ ਆ, ਦੋਨੋਂ ਝੋਟੀਆਂ ਮੈਂ ਨੇੜੇ ਲਾ ਕੇ ਦਿਖਾ ਦੇਣਾ ਤੈਨੂੰ, ਦੋਵੇਂ ਦੋਨਾਂ ਦੀ ਐਂ ਦੇਖ ਲਈ, ਨਵੇਂ ਅੱਡੋ ਅੱਡ ਹੀ ਐਂ ਕਹੇਗਾ ਵੀ ਦੋਨੇ ਇੱਕੇ ਮਾਂ ਦੀਆਂ ਜੰਮੀਆਂ ਹੋਈਆਂ ਨੇ ਹਨਾ। ਠੀਕ ਆ ਗੱਲ। ਆ ਦੇਖ ਲੈ, ਕਵਾਲਿਟੀ ਕਬੂਲਟੀ ਦੋਨਾਂ ਦੀਆਂ ਟੌਪ ਆ ਗਈ ਤੇ ਬਾਡੀ ਬੂਟੀ ਦੀਆਂ ਬਿਲਕੁਲ ਇੱਕੋ ਜਿਹੀਆਂ ਆ ਗਈਆਂ ਉੱਪਰ ਤੋਂ। ਆ ਦੇਖ ਲਾ, ਆ ਦੇਖ ਇੱਥੋਂ ਇੱਥੋਂ ਦਿਖਾ ਦੇ ਦਰਸ ਓਏ, ਦੋਨੋਂ ਮੂਰਤਾਂ ਨੇ ਬਈ ਯਾਰ। ਜੇ ਘਰੇ ਬੰਨਤੀਆਂ ਤਾਂ ਜੜੀਆਂ ਵੀ ਜਚਣਗੀਆਂ ਯਾਰ ਹਨਾ, ਪੈਸੇ ਲੱਗੇ ਬੇਅਰਥ ਨਹੀਂ ਜਾਣਗੇ। ਇਹ ਜੋੜਾ ਮਿਲੂਗਾ 3,10,000 ਰੁਪਏ ਦਾ ਪਹੁੰਚ, ਕੱਲੀ ਕੱਲੀ ਲਿਜਾਣੀ ਆ, ਕੱਲੀ ਕੱਲੀ ਵੀ ਲਿਜਾ ਸਕਦੇ ਹੋ। ਕੱਲੀ ਕੱਲੀ ਦਾ ਰੇਟ ਬਾਈ ਕਹਿੰਦਾ ਹਜਾ ਕਰ ਦਾਂਗੇ ਕੋਈ ਚੱਕਰ ਨਹੀਂ, ਵੀ ਜੋੜੇ ਚ ਚੱਲ ਵਧੀਆ ਮਾਨ ਤਾਨ 10,000 ਰੁਪਏ ਚ ਉਡਾਤਾ ਬਾਈ ਨੇ ਜੋੜੇ ਚੋਂ। ਹਾਂ ਇਹ ਹੋਰ ਦੀ ਤੂੰ ਐ ਕਰ, ਮੁੱਲ ਤਾਂ ਅਗਲਾ 2,500-3,000 ਕਰਦਾ ਇਹ ਜਿਹੀਆਂ ਝੋਟੀਆਂ ਦੇ ਹਨਾ। ਠੀਕ ਆ ਗੱਲ। ਨੰਬਰ ਬੋਲ ਦੋ ਆਪਣਾ, ਨੰਬਰ 9,91,58,45,600। ਆਪਾਂ ਇੱਕ ਉਹ ਝੋਟੀ ਦੇ ਧਾਰਾ ਮਾਰ ਕੇ ਦਿਖਾ ਦਿੰਦੇ ਨੂੰ, ਉਹ ਮੇਰੀ ਰਹਿ ਨਾ ਜਾਵੇ, ਉਹ ਵੀ ਕਰ ਦੇਣਾ ਰੀਝ ਪੂਰੀ ਤੇਰੀ। ਇੱਕ ਨੰਬਰ ਵਾਲੀਆਂ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦੇਣਾ, 2 ਵਾਲੀ ਦੀਆਂ ਆਪਾਂ ਚੈੱਕ ਕਰਾ ਦਿਆਂ ਵੀਡੀਓ ਦੇ ਵਿੱਚ, ਤੇ ਹੈਗੇ ਜਾਨਵਰ ਯਾਰ ਕੁਆਲਿਟੀ ਦੇ ਨੇ। ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਜਾਨਵਰ ਨੇ ਜਿਹੜੇ ਬਾਈ ਦੇ ਕਿੱਦਾਂ ਦੇ ਲੱਗੇ ਨੇ। ਹਾਂ ਸਾਡਾ ਪੁੱਲ ਜ਼ੋਰ ਲੱਗਿਆ ਹੋਇਆ ਬਾਈ, ਤੁਸੀਂ ਲੈ ਚੱਲ ਦਰਸ 1 ਨੰਬਰ ਵਾਲੀ ਤੇ ਓਏ, ਤੁਸੀਂ ਵੀ ਦੱਸਿਓ ਮਾੜਾ ਜਿਹਾ ਹਨਾ ਵੀ ਕੀ ਚੀਜ਼ ਨੇ ਵੀ ਸਾਡਾ ਜ਼ੋਰ ਲਾਇਆ ਹੋਇਆ ਕੰਮ ਆ ਗਿਆ ਘਰਾਂ। ਹਾਂ ਦਾ ਭਾਵ, ਹਾਂ ਵੀ ਜ਼ੋਰ ਲਾਇਆ ਹੋਇਆ ਕੰਮ ਆ ਗਿਆ ਕਿਨਾ, ਪਸ਼ੂਆਂ ਦੇ ਤਾਂ ਵਿਕੀ ਜਾਣਾ ਯਾਰ ਹਨਾ, ਉਹ ਗੱਲ ਆਡਾ। ਇਹਦੀਆਂ ਤੁਹਾਨੂੰ ਬੱਚਾ ਲਾ ਕੇ ਆਪਾਂ ਧਾਰਾ ਮਾਰ ਕੇ ਦਿਖਾ ਦੇਣਾ 1 ਨੰਬਰ ਵਾਲੀ। ਰਾਜਾ ਥਣ ਥੁਣ ਦਿਖਾ ਦੇ ਨੇੜੇ ਲਾ ਕੇ ਤਰਸ ਓਏ, ਥਣ ਥੁਣ ਪੈਸਾ ਬਣਾਇਆ ਝੋਟੀ ਨੇ। ਗਾੜੀ ਪਿਛਾੜੀ ਦੀ ਦਿਖਾ ਦੇ, 24 ਨੂੰ ਧਾਰਾ ਮਾਰ ਤੋਂ ਪਹਿਲੀ ਦੱਸ ਦੇਣਾ ਵੀ ਪੂਰੀ ਫੋਕੀ ਹੋਊ, ਕਿਉਂਕਿ ਥਣ ਦੀ ਜਿਹੜੀ ਸ਼ੇਪ ਆ, ਥਣ ਦਾ ਜਿਹੜਾ ਸਾਇਜ਼ ਆ ਉਹੀ ਦੱਸ ਦਿੰਦਾ। ਦੁੱਧ ਵੀ ਇਦਾਂ ਦੀਆਂ ਥਣ ਵਾਲੀਆਂ ਦਿੰਦੀਆਂ ਨੇ। ਆ ਹੁਣ ਦਿਖਾ ਦੋ ਜੀ ਮਾਰ ਕੇ, 24 ਚ ਵੀ ਹੈਗੀ ਆ ਫੁੱਲ ਮੋਟੀ, ਧਰਤੀ ਚ ਗਲੀਆਂ ਕਰਨ ਵਾਲਾ ਸਿਸਟਮ ਆ। ਪਿਛਲੇ ਥਣਾਂ ਚ ਵੀ ਮਾਰ ਦਿੱਤਾ, ਤਾਂ ਪਿਛਲਿਆਂ ਚ ਵੀ ਮਾਰ ਦੇ, ਥੱਲੇ ਨਾ ਮਾਰਿਆ ਕਰ, ਗਾਲਾਂ ਦਿੰਦੇ ਆ ਬੰਦੇ ਸਾਡੇ। ਫਿਰ ਬਰਾਂਡਾ ਟਪਾ ਦੂ ਬਰਾਂਡਾ।
ਤਾਂ ਚਵਾਈ ਚਵੂਈ ਹੈਗੀ ਆ ਓਕੇ ਦੀ ਰਿਪੋਰਟ, ਬਾਕੀ ਤੁਸੀਂ ਆ ਕੇ ਪਾਸ ਕਰਕੇ ਲਿਜਾ ਸਕਦੇ ਹੋ ਭਾਈ ਤੋਂ। ਇਹਦਾ ਵੀ ਸੂਆ ਦੂਜਾ, ਇਹ ਜੋੜਾ ਦੁਬਾਰਾ ਫਿਰ ਦੱਸ ਦੇਣਾ, ਮਾਰ ਦੇ ਤਰਸ ਪਛਾਣੂ ਹੋ ਗਿਆ ਕੈਮਰਾ। ਇਹ ਜੋੜਾ ਭੇਜਾਂਗੇ ਬਾਈ ਕਹਿੰਦਾ 2.5 ਲੱਖ ਦਾ ਪਹੁੰਚ ਆਲ ਇੰਡੀਆ, ਇਹ ਭੇਜਾਂਗੇ ਦੋਨੇ 3 ਲੱਖ ਅਤੇ 10 ਹਜ਼ਾਰ ਦੀਆਂ, ਇਹ ਵੀ ਆਲ ਇੰਡੀਆ ਟਰਾਂਸਪੋਰਟ ਹੋ ਜੂਗੀ ਇਹਨਾਂ ਦੀ। ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਈਆਂ ਨੇ 4 ਝੋਟੀਆਂ, ਹੈਪੀ ਸੰਧੂ ਦੇ ਡੈਰੀ ਫਾਰਮ ਤੋਂ ਬਣਾਈ ਆ, ਸੰਧੂ ਡੈਰੀ ਫਾਰਮ ਤੋਂ ਵੀਡੀਓ, ਪਿੰਡ ਰਾਮਗੜ੍ਹ ਸੰਧੂਆਂ ਤਹਿਸੀਲ ਲਹਿਰਾ ਗਾਗਾ ਅਤੇ ਜ਼ਿਲ੍ਹਾ ਸੰਗਰੂਰ। ਇਹਨਾਂ ਤੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਇਓ। ਧੰਨਵਾਦ ਜੀ।